ਅਸਲਾਮੁਆਲੇਕ ਦੋਸਤੋ ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫzal ਬੱਟੂ ਤੇ ਤੁਸੀਂ ਵੇਖਦੇ ਪਿਓ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ ਤੇ ਅੱਜ ਆਪਾਂ ਜੀ ਫੀਲਡ 'ਚ ਮੌਜੂਦ ਹੈ ਮੱਕੀ ਦਾ ਖੇਤ ਹੈ ਤੇ ਇਹ ਹੈਗੀ ਇਹ ਮੌਸਮੀ ਮੱਕੀ ਇਸ ਤੋਂ ਪਹਿਲੇ ਇੱਥੇ ਹੈਗੀ ਸੀ ਤਿਲੀ ਤੇ ਤਿਲੀ ਦੇ ਬਾਰੇ ਪੁੱਛਨੀ ਹੈ ਵੀ ਤਿਲੀ ਇੰਨੀ ਖਤਰਖਾ ਚੰਗੀ ਨਹੀਂ ਹੋਈ ਤੇ ਇੰਜ ਸਮਝਿਆ ਵੀ ਉਹਨਾਂ ਦੇ ਇੱਕ ਜਿਹੜਾ ਇਹ ਸੀਜ਼ਨ ਮਾਰਾ ਗਿਆ ਤੇ ਫਿਰ ਉਹਨਾਂ ਜਨਾਬ ਕੋਸ਼ਿਸ਼ ਕੀਤੀ ਤੇ ਇਹ ਲਗਾ ਦਿੱਤੀ ਮੌਸਮੀ ਮੱਕੀ ਤੇ ਮੈਂ ਕਾਫੀ ਖੇਤਾਂ 'ਚ ਗਿਆ ਜਨਾਬ ਖਾਸ ਕਰਕੇ ਮੱਕੀ ਦੇ ਵਿੱਚ ਵੀਡੀਓ ਬਣਾਉਣ ਵਾਸਤੇ ਤੇ ਜਿਹੜੀਆਂ ਛਲੀਆਂ ਨੇ ਨਾ ਉਹ ਭਾਈਆਂ ਨੇ ਏਡੀਆਂ ਕੋਈ ਚੰਗੀਆਂ ਚੱਜ ਦੀ ਨਜ਼ਰ ਨਹੀਂ ਆਈਆਂ ਤੇ ਐਂ ਲੱਗਦਾ ਸੀ ਵੀ ਜਦੋਂ ਕਿਸਾਨ ਤੋਂ ਪੁੱਛਦੇ ਸਨ ਤਾਂ 50 60 ਮਾਣੀ ਦੱਸਦੇ ਸਨ ਕਹਿੰਦੇ ਸਨ ਵੀ ਹਨੇਰ ਆਇਆ ਹੈ ਤੇ ਵਜ਼ਨ ਥੋੜਾ ਹੋ ਗਿਆ ਕੋਈ ਕਹਿੰਦਾ ਬਿਮਾਰੀ ਪੈ ਗਈ ਹੈ ਤੇ ਲੇਕਿਨ ਜਿਹੜੀ ਮੈਂ ਅੱਜ ਮੌਜੂਦਾ ਮੱਕੀ ਦੇ ਵਿੱਚ ਮੌਜੂਦ ਆ ਫੀਲਡ 'ਚ ਇੱਥੇ ਜਿਹੜੇ ਮੇਰੇ ਨਾਲ ਕਿਸਾਨ ਭਾਈ ਨੇ ਉਹਦੇ ਕੋਲ ਪੁੱਛਨੇ ਤੇ ਇਹ ਮੱਕੀ ਦੀ ਜਿਹੜੀ ਛਲੀਆਂ ਨੇ ਨਾ ਅੰਜ ਲੱਗਦਾ ਪਿਆ ਜਿਸ ਤਰੀਕੇ ਬਾਹਰੀਆ ਮੱਕੀ ਹੁੰਦੀ ਹੈ ਤੇ ਬੜੀਆਂ ਵੱਡੀਆਂ ਤੇ ਤਕੜੀਆਂ ਤੇ ਪੁੱਛਨੇ ਉਸ ਤੋਂ ਵੀ ਉਹਨੇ ਕੀ ਕੀ ਇਸਤੇ ਕੀਤਾ ਹੈ ਕਿਹੜਾ ਬੀ ਹੈ ਕਿੰਨਾ ਖਰਚਾ ਕੀਤਾ ਸੂ ਤਾਂ ਹੁਣ ਠੇਕਾ ਕੀ ਹੈਗਾ ਇਸ ਜ਼ਮੀਨ ਦਾ ਤੇ ਅੱਗੇ ਤੂੰ ਇਸ ਤੇ ਬਾਹਰੀਆ ਲਗਾਨੀ ਹੈ ਜਾਂ ਕਣਕ ਲਗਾਨੀ ਹੈ ਜਾਂ ਕੀ ਕਰਨਾ ਹੈ ਆਓ ਚਲਿਏ ਉਸ ਨਾਲ ਗੱਲ ਕਰਨੇ ਤੇ ਪੂਰੀ ਤਫਸੀਲ ਲੈਂਦੇ ਆ ਤੇ ਦੋਸਤੋ ਅੱਛਾ ਕਰੋ ਜੀ ਨਾਲ ਨਾਲ ਇਹ ਇੱਕ ਮਿੰਟ ਦੀ ਵਿਖਾਵੇ ਚੱਕ ਚੁੱਕ ਤੇ ਛਲੀਆਂ ਚੈੱਕ ਕਰਵਾ ਆ ਜੀ ਆ ਵੇਖੋ ਜੀ ਜ਼ਬਰਦਸਤ ਜੀਨਾਬ ਜ਼ਬਰਦਸਤ ਹੈ ਜ਼ਬਰਦਸਤ 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 ਹੈ ਜ਼ਬਰਦਸਤ ਹੈ ਆ ਵੇਖੋ ਜੀ ਦੋਸਤੋ ਫੁੱਲ ਦਾਣੇ ਤੇ ਯਕੀਨ ਮੰਨੋ ਐਂਜ ਲੱਗਦਾ ਜਿਵੇਂ ਅੱਧੇ ਦੇ ਕਿਲੋ ਦੇ ਹੁੰਦੇ ਨੇ ਵਜ਼ਨ ਦਾ ਬਹੁਤ ਕਮਾਲ ਦੀ ਕੀ ਬਾਤ ਹੈ ਤੇ ਮੈਂ ਹੁਣ ਕਿਸਾਨ ਭਾਈ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਨੇ ਤੇ ਆ ਵੇਖੋ ਜੀ ਪਹਿਲੇ ਮੈਂ ਨजीर ਭਾਈ ਨਾਲ ਗੱਲ ਕਰਾਂ ਵੀ ਨਜ਼ੀਰ ਭਾਈ ਵੀ ਕਾਫੀ ਇਹ ਮੱਕੀ ਆਪਣੇ ਜਾਨਵਰਾਂ ਵਾਸਤੇ ਨਾ ਇਹ ਖੇਤਾਂ ਚ ਲ ਜਾਂਦੇ ਨੇ ਪੱਠੇ ਬਣਾ ਕੇ ਆਪਣੇ ਜਾਨਵਰਾਂ ਵਾਸਤੇ ਤਾਂ ਉਹਨਾਂ ਨਾਲ ਗੱਲ ਕਰਨ ਵੀ ਉਹਨਾਂ ਕੀ ਮਹਿਸੂਸ ਕੀਤਾ ਅਸਲਾਮੁਅਲੈਕ ਨਜ਼ੀਰ ਵੀ ਕੀ ਹਾਲ ਹੈ ਸਲਾਮ ਜੀ ਨਜ਼ੀਰ ਭਾਈ ਤੁਸੀਂ ਵੀ ਚਾਰਾ ਲ ਜਾਂਦੇ ਜੇ ਇਸ ਤਰ੍ਹਾਂ ਦਾ ਮੱਕੀ ਵਾਲਾ ਕਾਫੀ ਖੇਤਾਂ ਚ ਆਪਣੇ ਜਾਨਵਰਾਂ ਵਾਸਤੇ ਹਾਂਜੀ ਇੱਥੇ ਆ ਕੇ ਕੀ ਮਹਿਸੂਸ ਕੀਤਾ ਇਹ ਕੈਸੀ ਨਿਕਲੀ ਹੈ ਇਹ ਖੇਤਾ ਹੈ

ਜੋ ਮੈਂ ਦੱਸਣਾ ਚਾਹਨਾ ਮੈਂ ਇਹ ਦੱਸਣਾ ਚਾਹਨਾ ਵੀ ਮਤਲਬ ਜਿਹੜੀ ਛਲੀਆਂ ਹੈ ਨਾ ਦੋ ਦੋ ਕਿੱਲੇ ਤਾਂ ਹਲੀ ਬਾਕੀ ਖੜੀ ਹੈ ਤਕਰੀਬਨ ਕਿਨਾਲ ਡੇਡ ਬਾਕੀ ਵੀ ਹੈ ਦੋਸਤੋ ਤੇ ਟਰਾਲਾ ਸਾਹਮਣੇ ਵੇਖ ਸਕਦੇ ਹੋ ਮੈਂ ਜ਼ੂਮ ਕਰਨਾ ਐ ਚੈੱਕ ਕਰੋ ਜੀ ਐ ਛਲੀਆਂ ਨਾਲ ਤਕਰੀਬਨ ਫੁੱਲ ਹੋਇਆ ਪਿਆ ਜੀ ਤੇ ਬਾਕੀ ਹੁਣ ਆਪਣੇ ਨਾਲ ਜਿਹੜੇ ਕਿਸਾਨ ਭਾਈ ਨੇ ਉਹਨਾਂ ਨਾਲ ਗੱਲ ਕਰਨੇ ਤੇ ਉਹਨਾਂ ਤੋਂ ਪੂਰਾ ਤਾਰਫ ਕਰਨੇ ਉਹਨਾਂ ਦਾ ਤੇ ਨਾਲ ਪੂਰੀ ਤਫਸੀਲ ਲੈਣੇ ਅਸਲਾਮੁਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਨੇ ਅਲਹਮਦੁਲਿਲਾ ਕੀ ਨਾਂ ਤੁਹਾਡਾ ਮੇਨਾ ਜ਼ੌਰ ਅਹਿਮਦ ਜ਼ੌਰ ਅਹਿਮਦ ਮੈਨੂੰ ਦੱਸੋ ਇਹ ਜਿਹੜੀ ਇਨੀ ਸੋਹਣੀ ਮੱਕਈ ਹੈ ਹਾਂਜੀ ਮਾਸ਼ਾਅੱਲਾ ਅੱਲਾਹ ਤਾਲਾ ਤੁਹਾਡੇ ਨਸੀਬਾਂ ਚ ਕਰੇ ਤੇ ਜਿੰਨੇ ਵੀ ਸਾਡੇ ਵੇਖਣ ਵਾਲੇ ਕਿਸਾਨ ਭਾਈ ਹੈਗੇ ਨੇ ਉਹਨਾਂ ਨੂੰ ਵੀ ਅੱਲਾਹ ਤਾਲਾ ਇਸ ਤਰ੍ਹਾਂ ਦਾ ਵੱਲ ਸਿਖਾਵੇ ਤੇ ਉਹ ਵੀ ਇਸ ਤਰੀਕੇ ਨਾਲ ਆਪਣੀ ਫਸਲ ਨੂੰ ਚੰਗੀ ਤੋਂ ਚੰਗੀ ਕਰਨ ਇਹ ਬੀ ਕਿਹੜਾ ਲਾਇਆ ਆਪਾਂ ਇਹ ਬਾਈਨ 40 40 ਲਾਇਆ ਪੈਨੀਅਰ ਦਾ ਪੈਨੀਅਰ ਦਾ 40 40 ਹਾਂਜੀ ਤੇ ਕਿੰਨੇ ਦਾ ਥੈਲਾ ਆਇਆ ਸੀ ਇਹ ਬਾਈਨ 12000 ਦਾ ਆਇਆ 12000 ਰੁਪਏ ਦਾ ਆਇਆ ਅੱਛਾ ਬੜਾ ਜ਼ਿਆਦਾ ਪੈਸੇ ਨੇ ਯਾਰ 12000 ਬਹੁਤ ਮਹਿੰਗਾ ਹੈਗਾ ਜੀ ਤੇ ਕਾ ਕਾ ਮੀਆਂ ਸਾਹਿਬ ਡੀਏਪੀ ਲਾਈ ਹੈ 10 8 ਤੇ 9000 ਰੁਪਏ ਦੀ ਡੀਏਪੀ ਖਾਦ ਹੈ ਅੱਛਾ ਤੇ ਯੂਰੀਆ ਕਿਹੜੀ ਉਹ ਮਿਲਦੀ ਨਹੀਂ ਪਈ ਨਹੀਂ ਜਦੋਂ ਤੁਸੀਂ ਇਹਦੇ ਤੇ ਲਾਉਂਦੇ ਰਹੇ ਨੇ ਉਸ ਵਕਤ ਮਿਲੀ ਹੈ ਨਾ ਉਸ ਟਾਈਮ ਮਿਲੀ ਉਹ ਹੁਣ ਕਣਕ ਦੀ ਵਾਰੀ ਨਹੀਂ ਲੱਭਦੀ ਪਈ ਅੱਛਾ ਬੜੀ ਜ਼ਿਆਤੀ ਹੈ ਵੈਸੇ ਹੁਣ ਲੱਭਣੀ ਚਾਹੀਦੀ ਹੈ ਹੁਣ 22 ਤੋਂ 2500 ਰੁਪਏ ਕਹਿੰਦੇ ਪੈਸਾ ਨਾ ਉਹ ਵੀ ਲੱਭਦੀ ਨਹੀਂ ਪਈ ਜੀ 2500 ਫੇਰ ਵੀ ਨਹੀਂ ਲੱਭਦੀ ਲੁਕਾ ਜਾਂਦੀ ਅੱਛਾ ਹੁਣ ਮੈਨੂੰ ਇਹ ਦੱਸੋ ਵੀ ਇੱਥੇ ਪਹਿਲੇ ਕਿਹੜੀ ਫਸਲ ਲਾਈ ਹੋਈ ਸੀ ਤੁਹਾਡੇ ਆਸ ਪਹਿਲੇ ਤਿਲੀ ਲਾਈ ਆਏ ਤਿਲੀ ਨਕੀ ਕੀਤਾ ਤੁਹਾਡੇ ਨਾਲ ਨਹੀਂ ਆਸ ਕੋਈ ਨਹੀਂ ਕਿਲੀ ਤਿਲੀ ਤਾਂ ਬਸ ਖਰਚਾ ਵੀ ਨਹੀਂ ਪੂਰਾ ਆਇਆ ਖਰਚਾ ਵੀ ਨਹੀਂ ਪੂਰਾ ਆਇਆ ਤੇ ਫਿਰ ਤੁਹਾਡੇ ਜ਼ਿਹਨ ਵਿੱਚ ਇਹ ਕਿਵੇਂ ਗੱਲ ਆਈ ਵੀ ਅਸੀਂ ਮੱਕਈ ਲਾਈਏ ਵੀ ਮੂੰਗੀ ਕਿਉਂ ਨਹੀਂ ਲਗਾਈ ਮੀਆਂ ਸਾਹਿਬ ਉਸਲੇ ਮੱਕਈ ਸਾਨੂੰ ਬੈਸਟ ਲੱਗੀ ਹੈ ਮੂੰਗੀ ਦਾ ਮੌਸਮ ਨਹੀਂ ਬੈਸਟ ਲੱਗਾ ਅੱਛਾ ਤੇ ਮੱਕੀ ਸਾਨੂੰ ਅੱਛੀ ਲੱਗੇ ਤਾਂ ਐਸੇ ਲਈ ਵੀ ਮੱਕੀ ਲਾਈਏ ਮੱਕੀ ਲਾਈਏ ਤੇ ਇਹਦੇ ਕਿੰਨੀਆਂ ਬੋਰੀਆਂ ਲਗਾਈਆਂ ਨੇ ਯੂਰੀਆ ਦੀਆਂ ਕਿੰਨੀਆਂ ਖਾਦ ਲਾਈ ਹੈ ਕਿੰਨੇ ਸਪਰੇਅ ਕੀਤੇ ਨੇ ਤੇ ਤਿੰਨ ਯੂਰੀਆ ਲਾਈਆਂ ਨੇ ਤਿੰਨ ਯੂਰੀਆ ਵੀ ਲਾਈ ਹੈ ਇੱਕ ਡੀਪੀ ਹਾਂਜੀ ਤੇ ਸਪਰੇਅ ਤਿੰਨ ਚਾਰ ਕੀਤੇ ਨੇ ਤਿੰਨ ਚਾਰ ਸਪਰੇਅ ਕੀਤੇ ਦੋ ਲਾਈਆਂ ਨੇ ਜੀ ਦੋ ਜ਼ਰਾ ਦਾਣੇਦਾਰ ਲਾਈਆਂ ਨੇ ਹਾਂਜੀ ਦੋ ਸਪਰੇਅ ਕੀਤੇ ਆ ਦੋ ਸਪਰੇਅ ਕੀਤੇ ਸਨ ਤੇ ਅੱਛਾ ਪੁਟਰਾਸ਼ ਦਾ ਕੀ ਕੀਤਾ ਹੈ ਪੁਟਰਾਸ਼ ਵੀ ਲਾਈ ਹੈ ਅੱਛਾ ਪੁਟਰਾਸ਼ ਵੀ ਲਾਈ ਹੈ ਫੀ ਕਿੱਲਾ ਕਿੰਨੇ ਕਿਲੋ ਲੱਗੀ ਹੈ ਉਹ ਮੈਂ ਸਭ ਕਰਨਾ ਹੈ ਛੇ 10 ਕਿਲੋ 10 ਕਿਲੋ ਕਿੱਲੇ ਨੇ 1 ਕਿਲੋ ਦੀ ਆ ਗਈ ਸੀ ਬੋਰੀ ਦਾ ਵਜ਼ਨ ਆ ਗਿਆ ਸੀ ਅੱਛਾ 10 ਕਿਲੋ ਕੀ ਹੈ ਇਹ ਇਹ ਇੱਕੜ ਨੂੰ ਇਹ ਮੈਨੂੰ ਦੱਸੋ ਵੀ 1 ਕਿੱਲੇ ਦਾ ਖਰਚਾ ਕਿੰਨਾ ਆ ਗਿਆ ਹੋਵੇਗਾ ਖਰਚਾ ਤਕਰੀਬਨ 40 ਤੋਂ 45 ਹਜ਼ਾਰ ਕਰ 45 ਹਜ਼ਾਰ ਖਰਚਾ ਆ ਗਿਆ ਤੇ ਜ਼ਮੀਨ ਆਪਣੀ ਹੈ ਠੇਕੇ ਤੇ ਠੀਕ ਠੀਕ ਤੇ ਇਹਦਾ ਠੇਕਾ ਕਿੰਨਾ ਹੈਗਾ ਸੀ ਸਾਲ ਦਾ ਠੇਕਾ ਇਸ ਟਾਈਮ ਤੋਂ ਮੌਜੂਦਾ ਜਿਹੜਾ ਹੈ ਨਾ ਲੱਖ ਤੋਂ ਵੀ ਉੱਪਰ ਹੈ ਅੱਛਾ ਤੇ ਫਿਲਹਾਲ ਸਾਡੀ 2 ਸਾਲਾਂ ਦੀ ਗੱਲ ਹੋਈ ਹੋਈ ਹੈ ਕਿ ਬੰ 80 90 ਹਜ਼ਾਰ 80 90 ਹਜ਼ਾਰ ਅੱਛਾ ਠੀਕ ਹੋ ਗਿਆ ਹੁਣ ਮੈਨੂੰ ਦੱਸੋ ਵੀ ਬਾਸ ਦੋਸਤ ਜਿਹੜੇ ਨੇ ਇਸ ਵਾਰ ਇਹ ਕਹਿੰਦੇ ਸਨ ਵੀ ਬੜੀ ਬਿਮਾਰੀ ਪਈ ਹੈ ਮਤਲਬ ਸੁੰਢੀ ਹੀ ਨਹੀਂ ਮਰੀ ਤੇ ਆਪਾਂ ਕਿਵੇਂ ਕੰਟਰੋਲ ਕੀਤਾ ਹੈ ਕੰਟਰੋਲ ਐਵੇਂ ਕੀਤਾ ਦੋ ਜ਼ਹਿਰਾਂ ਨਾਲ ਸਪਰੇਅ ਲਗਾ ਤੇ ਲਾਈਆਂ ਅੱਛਾ ਕਿਹੜਾ ਸਪਰੇਅ ਕੀਤਾ ਤੁਸੀਂ ਸਪਰੇਅ ਕੋਰਾ ਜੀ ਕੋਰਾ ਜੀ ਅੱਜ ਪਹਿਲੂ ਕੀਤਾ ਸੀ ਅੱਛਾ ਜ਼ਹਿਰਾਂ ਤੋਂ ਪਹਿਲਾਂ ਜ਼ਹਿਰਾਂ ਤੋਂ ਪਹਿਲੇ ਹਾਂਜੀ ਉਸ ਤੋਂ ਬਾਅਦ ਦੋ ਜ਼ਹਿਰਾਂ ਲਗਾਈਆਂ ਅਨੇ ਅੱਛਾ ਤੇ ਜ਼ਹਿਰ ਕਿਹੜੀ ਲਾਈ ਹੈ ਜ਼ਹਿਰ ਕਿਹੜੀ ਲਾਈ ਹੈ ਤਾਂ ਕਿ ਦੋਸਤਾਂ ਨੂੰ ਪਤਾ ਚੱਲੇ ਅੱਛਾ ਕਾਰਬੋ ਤੇ ਕਾਰਬੋ ਫਿਊਰਾਨ ਦੇ ਨਾਲ ਵੀ ਤੁਸੀਂ ਸਪਰੇ ਮਿਕਸ ਕੀਤਾ ਹੈ ਕਿਹੜਾ ਮਿਕਸ ਕੀਤਾ ਹੈ ਜਿਹੜਾ ਆਮ ਲੱਗਦਾ ਹੈ ਐਬਾ ਮੈਕਟਨ ਵਗੈਰਾ ਹਾਂਜੀ ਤੇ ਉਹ ਕਿੰਨੇ ਢੱਕਣ ਲਗਾਏ ਨੇ ਜਾਂ ਪਾਈ ਹੈ 150 ਐਮਐਲ 150 ਐਮਐਲ ਮਤਲਬ ਇੱਕ ਥਲੀ ਨੂੰ 3-4 ਢੱਕਣੇ ਜਿਹੜੇ ਹੁੰਦੇ ਨੇ ਬੋਤਲ ਦੇ ਉਹ ਲਗਾਏ ਨੇ ਹਾਂਜੀ ਅੱਛਾ ਠੀਕ ਹੋ ਗਿਆ ਤੇ ਹੁਣ ਤੁਹਾਡਾ ਜਿਹੜਾ ਜ਼ਿਹਨ ਹੈ ਮਕਈ ਚੁੱਕਣ ਤੋਂ ਬਾਅਦ ਇਹਨੂੰ ਮਤਲਬ ਵੀ ਤੁਸੀਂ ਕੱਚੀ ਕਿਉਂ ਨਹੀਂ ਵੇਚਿਆ ਬਾਸ ਦੋਸਤਾਂ ਕੱਚੀ ਵੇਚੀ ਹੈ 70 80 ਹਜ਼ਾਰ ਨੂੰ ਕਿੱਲਾ ਤੇ ਤੁਸੀਂ ਇਹਨੂੰ ਪਕਾਇਆ ਹੈ ਤੇ ਇਹ ਤੁਹਾਡੇ ਜ਼ਿਹਨ ਵਿੱਚ ਕਿਵੇਂ ਆਇਆ ਖਿਆਲ ਵੀ ਇਹਦਾ ਜ਼ਿਆਦਾ ਫਾਇਦਾ ਪਕਾਈ ਦਾ ਹਾਂਜੀ ਜ਼ਿਆਦਾ ਫਾਇਦਾ ਜ਼ਿਆਦਾ ਕਿੰਨਾ ਗ੍ਰੇਡ ਚੱਲਦਾ ਪਿਆ ਮੌਜੂਦਾ ਤਕਰੀਬਨ ਮੌਜੂਦਾ 17 1800 ਰੁਪਏ ਹਾਂ 17 1800 ਚੱਲਦਾ ਪਿਆ ਮਾਸ਼ੱਲਾ ਰੇਟ ਤਾਂ ਅੱਛਾ ਫਿਰ ਮਿਲ ਰਿਹਾ ਤੇ ਬਾਕੀ ਮਹਿੰਗਾਈ ਨੂੰ ਵੇਖੀਏ ਤੇ ਫਿਰ ਇਹਨਾਂ ਕੋਈ ਨਹੀਂ ਲੇਕਿਨ ਬਰ ਅ ਫਿਰ ਵੀ ਅੱਛਾ ਰੇਟ ਹੈ ਹਾਂਜੀ ਪਿਛਲੇ ਸਾਲ ਦੇ ਨਿਸਬਤ ਕੱਚੀ ਨੂੰ ਤਾਂ ਫਾਇਦਾ ਹੈ ਹਾਂਜੀ ਕੱਚੀ ਨੂੰ ਬੈਸਟ ਰੇਟ ਮਿਆਂ ਸਾ ਬੱਲ ਲਾ ਕਰੇ ਤਾਂ 100 ਮਾਣੂ ਜਾਲੀ ਆਵੇ ਲੈਖਾ ਲਾ ਲੋ 100 ਨਹੀਂ ਕਹਿੰਦੇ ਕਹਿੰਦੇ ਨੇ 70 80 ਤੱਕ ਨਿਕਲਦੀ ਹੈ ਜੇ 100 ਨਾ ਆਪੜੇ ਤਾਂ ਗੱਲ ਲਈ আচ্ছা ਚਲੋ 90 100 ਜਾਂ ਮੁਕਦਰਾਂ ਨੇ ਇਨਸ਼ਾ ਅੱਲਾਹ ਤਾਲਾ ਅੱਜ ਮਤਲਬ ਜੋ ਚੀਜ਼ ਨਜ਼ਰ ਆਂਦੀ ਵੀ ਹੈ ਨਜ਼ਰ ਆਂਦੀ ਬਿਆਲਾਦ ਦੇ ਮੁਤਾਬਕ ਉਹ 90 100 ਹੋ ਜਾਵੇਗੀ ਇਨਸ਼ਾ ਅੱਲਾਹ 18 17 ਰੋ ਦਾ ਵੇਖ ਜਾਵੇ ਤਾਂ ਕੱਚੀ ਨੂੰ ਤੇ ਬੈਸਟ ਮਿਆਂ ਸਾ ਵੇਖ ਲੋ ਕੱਚੀ ਦਾ ਬੈਸਟ 1.5 2 ਲੱਖ ਦਾ ਹਾਂ ਉਹ 2 ਲੱਖ ਡੇਢ ਪੱਕਾ ਹੈ ਤਾਂ ਮੜ ਉਹ 70 ਜਾਦ ਵਿੱਚ ਵਿਕਦੇ ਨੇ ਕਿੱਲੇ ਜੀ ਸਹੀ ਹੈ ਉਹ 70 ਦੇ ਵਿਕਦੇ ਬਣੇ ਡੇਢ ਲੱਖ ਦੇ ਅੱਧਾ ਦੇ ਪੈਸੇ ਬਚਦੇ ਪਏ ਅੱਛਾ ਮੈਨੂੰ ਇਹ ਦੱਸੋ ਜ਼ੋਰਾ ਮੈਂ ਹੁਣ ਆਪਾਂ ਇੱਥੇ ਅੱਗੇ ਕਣਕ ਲਗਾਣੀ ਹੈ ਜਾਂ ਹੁਣ ਬਸ ਜ਼ਮੀਨ ਨੂੰ ਵਾਹ ਕੇ ਛੱਡ ਦੇਣਾ ਹੈ ਜ਼ਮੀਨ ਨੂੰ ਬਸ ਵਾਹ ਕੇ ਛੱਡ ਦੇਵਾਂਗੇ ਅੱਛਾ ਮੈਨੇ ਬਾਅਦ ਮੈਨੇ ਡੇਢ ਬਾਅਦ ਮੱਕੀ ਲਾਵਾਂਗੇ ਬਾਹਰ ਜਾ ਬਾਹਰ ਜਾ ਤਾਂ ਬਾਹਰ ਜਾ ਕੀ ਰੇਟ ਰੂਟ ਚੱਲਦਾ ਪਿਆ ਹੈ ਬਹਾਰੀ ਉਹ ਸੌਰੀ 20 ਦਾ ਜਿਹੜਾ ਹੁੰਦਾ 20 ਹੁੰਦਾ ਹੈ ਮਤਲਬ ਹੀ 20 ਆਵੇਗਾ ਮੈਨੇ ਡੇਡ ਬਾਅਦ ਹੀ ਮੈਨੇ ਡੇਡ ਬਾਅਦ ਆਵੇਗਾ ਅਲੀ ਮਾਰਕੀਟ ਚ ਕੋਈ ਨਹੀਂ ਆਗਾ ਗੱਲ ਰੇਟ ਵੀ ਨਹੀਂ ਹੁੰਦਾ ਨਿਕਲਾ ਅਲੀ ਰੇਟ ਵੀ ਇਨੇ ਨਿਕਲਾ ਅੱਛਾ ਠੀਕ ਹੋ ਗਿਆ ਬੀਦ ਬਹਾਰੀ ਤਾਂ ਮਹਿੰਗਾ ਹੀ ਹੈ ਚਲੋ ਸਹੀ ਹੋ ਗਿਆ ਤੇ ਇਹ ਜਿਹੜਾ ਹੈਗਾ ਚਾਰਾ ਇਹ ਪਿੰਡ ਵਾਲੇ ਆਏ ਨੇ ਫਰੀ ਚ ਹਾਂਜੀ ਫਰੀ ਹੈ ਜੀ ਮਤਲਬ ਇਹ ਆਪਾਂ ਨੂੰ ਪੈਸੇ ਪਾ ਨਹੀਂ ਭਰਨੇ ਪੈਣਗੇ ਹੋ ਗਿਆ ਨਾ ਜੋ ਨੁਕਸਾਨ ਨਾ ਨੂੰ ਵੀ ਕੋਈ ਨਹੀਂ ਹਾਂਜੀ ਮਕਸਦ ਇਹ ਨੁਕਸਾਨ ਇਹ ਨਾਨੂੰ ਵੀ ਕੋਨੇ ਤਿਆਰ ਹੋ ਗਈ ਮੱਕੀ ਤਿਆਰ ਹੋ ਗਈ ਦਾਣਾ ਤਿਆਰ ਹੋ ਗਿਆ ਉਹ ਪੱਠਾ ਨਾਨੂੰ ਫਰੀ ਬੱਜ ਗਈ ਜਿਹੜਾ 8 7 ਦਾ ਨਾਨੂੰ ਹੀ ਬੱਜ ਗਿਆ ਬੰਦਿਆਂ ਨੇ ਪੇ ਉਹਨਾਂ ਦਾ ਮਾਲ ਦੇ ਪੱਟੇ ਬਣ ਗਏ ਪੱਟੇ ਬਣ ਕਿਉਂਕਿ ਅੱਜਕੱਲ ਤਾਂ ਤੁੜੀ ਵੀ ਬੜੀ ਮਹਿੰਗੀ ਹੈ ਤੇ ਬਾਕੀ ਜਿਹੜਾ ਨਾ ਮਰੇ ਖਾਲੇ ਨਹੀਂ ਪਾਇਆ ਤੁੜੀ ਦਿੰਦੇ ਹੀ ਨਹੀਂ ਬਈ ਤੁੜੀ ਆ ਦਿੰਦੇ ਹੀ ਨਹੀਂ ਬਈ ਮੰਗਣੇ ਵੀ ਆ ਮੁੱਲ ਚ ਦਿਓ ਹਾਂ ਹਾਂ ਕੋਈ ਗੱਲ ਨਹੀਂ ਅੱਛਾ ਤੇ ਇਹਦਾ ਮਤਲਬ ਇਹ ਕੰਮ ਵਾਰੇ ਚ ਹੈ ਵਾਰੇ ਚ ਸਹੀ ਹੋ ਗਿਆ ਅੱਜ ਦੋ ਕਿੱਲੇ ਵੱਜ ਗਏ ਦੋ ਕਿੱਲੇ ਵੱਜ ਗਏ ਵੱਜ ਗਏ ਜਨਾਬ ਦੀ 12 ਕਿੱਲੇ ਪੰਜਾਂ ਦੇ ਅੱਜ ਫਾਰਕ ਹੋ ਗਿਆ ਅੱਛਾ ਬਾਕੀ 10 ਕਿੱਲੇ ਰਹਿ ਗਈ ਹਾਂ ਬਸ ਇਹਨਾਂ ਨੂੰ ਫਾਇਦਾ ਵੀ ਤਿਆਰ ਸਜੀ ਕੁੰਜੀ ਆਹਦੇ ਨੇ ਜੀ ਸਹੀ ਹੋ ਗਿਆ ਤੇ ਦੋਸਤੋ ਇੱਕ ਵਾਰੀ ਫਿਰ ਮੈਂ ਤੁਹਾਨੂੰ ਬਖਾਨਾ ਚੱਲਾਂ ਜਨਾਬ ਇਹ ਚਲੀਆਂ ਇਹ ਤੋੜੇ ਤੋੜੇ ਦੀ ਬਖਾਣਾ ਇਹ ਮੈਨੂੰ ਲੈ ਚੱਲਿਆ ਮੈਨੂੰ ਹੱਕਨ ਵੀ ਘਰ ਜੂੜ पे ਮਾਰ ਦੇ ਇਹ ਜੂੜ ਆਪਾਂ ਕਿਹੜਾ ਇਨਾਮ ਆ ਰਿਹਾ ਹੈ ਇਹ ਵੇਖ ਲੋ ਦੋਸਤੋ ਬਹੁਤ ਹੀ ਕਮਾਲ ਦੇ ਜਨਾਬ ਬਹੁਤ ਹੀ ਵਧੀਆ ਤੋੜੇ ਹੀ ਵੇਖ ਲਓ ਤੇ ਅੱਗੇ ਵੀ ਤੁਹਾਨੂੰ ਆਹ ਬਾਰਖਰੀਆਂ ਪਈਆਂ ਨੂੰ ਉਹ ਵੀ ਤੁਹਾਨੂੰ ਵਿਖਾਈਏ ਜਨਾ ਤੇ ਮੇਰਾ ਖਿਆਲ ਹੈ ਜਿਹੜੇ ਦੋਸਤ ਚੁੱਕਦੇ ਪੈਨ ਇੱਕ ਹੋਰ ਛੋਟਾ ਕਿਸਾਨ ਭਾਈ ਖੜਾ ਹੈ ਪੱਠੇ ਵਾਸੇ ਉਹਨੂੰ ਪੁੱਛਣਾ ਵੀ ਉਹਨੇ ਕਾਫੀ ਜਗ੍ਹਾ ਤੋਂ ਮੱਕੀ ਨਹੀਂ ਕਾਫੀ ਜਗ੍ਹਾ ਤੋਂ ਮੱਕੀ ਦੇ ਪੱਠੇ ਲੈ ਗਿਆ ਤੇ ਦੱਸੇ ਵੀ ਛਲੀਆਂ ਇਸ ਤਰੀਕੇ ਨਿਕਲੀਆਂ ਜਾਂ ਚੰਗੀਆਂ ਨੇ ਹਾਂ پرویز ਭਾਈ ਅਸਲਾਮੁਅਲੈਕਮ ਕੀ ਹਾਲ ਨੇ پرویز ਭਾਈ ਤੁਸੀਂ ਕਾਫੀ ਜਗ੍ਹਾ ਤੇ ਗਏ ਹੋ ਤੇ ਤੁਸੀਂ ਜਨਾਬ ਜਿਹੜੀ ਮੱਕੀ ਹੈਗੀ ਹੈ ਇਹਦੇ ਪੱਠੇ ਬਣਾ ਕੇ ਲੈ ਜਾਂਦੇ ਨੇ ਜਾਨਵਰਾਂ ਵਾਸਤੇ ਇਹ ਜਿਹੜੀਆਂ ਛਲੀਆਂ ਨਿਕਲਦੀਆਂ ਪਈਆਂ ਨੇ ਇਹਨਾਂ ਦੇ ਉਹਨਾਂ ਨਾਲ ਜ਼ਿਆਦਾ ਅਛੀਆਂ ਨਿਕਲਦੀਆਂ ਪਈਆਂ ਨੇ ਜਾਂ ਛੋਟੀਆਂ ਬੇਹਤਰੀਨ ਹੈ ਜੀ ਛਲੀ ਗਾਟੀ ਕਿਦਾਂ ਨਿਕਲੀ ਹੈ ਜੀ ਬਹੁਤ ਸੱਚੀ ਨਿਕਲੀ ਹੈ। ਅੱਛਾ ਗਾਟੀ ਨਿਕਲੀ ਹੈ ਇਹਨਾਂ ਦਾ ਬਹੁਤ ਅੱਛੀ ਹੈ। ਹਾਂਜੀ ਬਹੁਤ ਰਿਜ਼ਲਟ ਅੱਛਾ ਹੈ ਇਹਨਾਂ ਦਾ ਬਹੁਤ ਛਲੀ ਚ ਅੱਛੀ ਨਿਕਲੀ ਹੈ। ਬਹੁਤ ਅੱਛੀ ਹੈ। ਦੋਸਤੋ 20 P 40 40 ਵਧੀਆ ਹੈਗਾ ਜੇ ਕੋਸ਼ਿਸ਼ ਕਰੋ ਅੱਗੇ ਤੂੰ ਇਹੀ ਲਗਾਵੇ ਕਿਉਂਕਿ ਇਹਦਾ ਜਿਹੜਾ ਪ੍ਰੈਕਟੀਕਲ ਇਹ ਦੋਨੋਂ ਵਖਾੰਦੇ ਪਏ ਤੇ ਆਹ ਵੇਖ ਲਓ ਜੀ ਉਹਨਾ ਤੋੜੇ ਮਾਸ਼ਾਅੱਲਾ ਭਰੇ ਪਏ ਨੇ। ਕਮਾਲ ਹੈ ਜਨਾਬ ਦੋਸਤੋ ਬਹੁਤ ਹੀ ਵਧੀਆ ਤੇ ਆਹ ਵੇਖ ਲਓ ਜਨਾਬ ਕਮਾਲ ਹੈ ਜੀ ਨਾ ਤੋੜਿਆਂ ਦੇ ਵਿੱਚ ਮਲੂਮੇ ਹੁੰਦੀ ਬਹੁਤ ਵਧੀਆ ਤੇ ਫੁੱਲ ਫੁੱਲ ਦਾਣੇ ਕੰਪਲੀਟ ਹੋਏ ਹੋਏ ਨੇ ਤੇ ਆਹ ਸਾਹਮਣੇ ਤੁਹਾਨੂੰ ਚੈੱਕ ਕਰਵਾ ਦਈਏ ਖੜੀ ਫਸਲ ਵੀ ਕਮਾਲ ਹੈ ਯਾਰ ਇਹ ਵੀ ਬੀ ਵੀ ਅੱਛਾ ਹੈ ਤੇ ਲੇਕਿਨ ਕਿਸਾਨਾਂ ਦੀ ਮਿਹਨਤ ਦਾ ਵੀ ਕੁਝ ਅਸਰ ਹੁੰਦਾ ਜੀ ਨਹੀਂ ਜ਼ਿਆਦਾ ਕੋਸ਼ਿਸ਼ ਹੀ ਕਰਦੇ ਨੇ ਉਨੇ ਹੀ ਜ਼ਿਆਦਾ ਅੱਲਾਹ ਤਾਲਾ ਉਸ ਨੂੰ ਫਲ ਦਿੰਦਾ ਹੈ ਐਂਝ ਲੱਗਦਾ ਵੀ ਇੱਕ ਇੱਕ ਜਿਹੜੀ ਛੱਲੀ ਹੈ ਨਾ ਉਹ ਭਾਈਆਂ ਦਾ ਕੰਮ ਅਜ਼ਗਾਮ ਹੈ ਅੱਧੇ ਦੇ ਕਿਲੋ ਤੋਂ ਉੱਤੇ ਵਜ਼ਨ ਪੈ ਮਾਲੂਮ ਕਰਾ ਦੀਏ ਐ ਵੇਖ ਲੋ ਜੀ ਇਹ ਟੁੱਟੀ ਗਈ ਐ ਐ ਵੇਖੋ ਜੀ ਕਿਆ ਬਾਤ ਹੈ ਚਲੋ ਹੁਣ ਇਸ ਨੂੰ ਉੱਤੇ ਅੱਗੇ ਸੁੱਟਦੇ ਨੇ ਕਮਾਲ ਹੋ ਗਿਆ ਤੇ ਦੋਸਤੋ ਹੁਣ ਮੈਂ ਤੁਹਾਡੇ ਸਾਰੇ ਬ੍ਰਾਉਂਡ ਲੈਣਾ ਇਜਾਜ਼ਤ ਤੁਹਾਡਾ ਬਰਾ ਮੀਆਂ ਮੁਹੰਮਦ ਅਫਸਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ